सत श्री अकाल, मैं राघव जैन, तुसी वेख रहे हो न्यूज़ 18 पंजाब। अज पंजाब पुलिस वालों एक बड़ी कार्रवाई की गई है। अपने ही एक SHO नूं रिश्वत लैण दे दोष विच अज उन्हां वालों गिरफ्तार किया गया सीगा ते कोर्ट विच पेश करके उहदी रिमांड जिहड़ी कि हासिल की जाऊगी। तुहानूं दस दईए कि SHO थाना रामा मंडी विच तैनात सीगा ते कुछ दिन पहला उन्हां वालों एक स्पा सेंटर ते रेड की गई सी। असी उसी स्पा सेंटर दे बाहर मौजूद है। तुहानूं दस दईए कि जदों रेड की गई तां करीब 8 to 10 ਬੰਦਿਆਂ ਨੂੰ ਰਾਊਂਡ ਅਪ ਕਰਕੇ ਉਹ ਆਪਣੇ ਥਾਣੇ ਲੈ ਕੇ ਗਿਆ ਸੀ ਤੇ ਜਦੋਂ ਇੱਥੇ ਦਾ ਜਿਹੜਾ ਮਾਲਕ ਸੀਗਾ ਉਹ ਆਪਣੇ ਬੰਦਿਆਂ ਨੂੰ ਛੁਡਵਾਉਣ ਗਿਆ ਤੇ ਉਹ ਸਪਾ ਸੈਂਟਰ ਦੇ ਮਾਲਕ ਕੋਲੋਂ ਜਿਹੜੀ ਕਿ ਕਰੀਬ 3 ਲੱਖ ਰੁਪਏ ਜਿਹੜੀ ਕਿ ਰਿਸ਼ਵਤ ਮੰਗੀ ਗਈ ਸੀ, ਲੇਕਿਨ ਸਪਾ ਸੈਂਟਰ ਦੇ ਮਾਲਕ ਵੱਲੋਂ 2.5 ਲੱਖ ਰੁਪਏ ਰਿਸ਼ਵਤ ਦੇ ਕੇ ਆਪਣੇ ਬੰਦਿਆਂ ਨੂੰ ਛੁਡਵਾ ਕੇ ਵਾਪਸ ਲਿਆ ਸੀਗਾ। ਲੇਕਿਨ ਉਸ ਤੋਂ ਬਾਅਦ ਸਪਾ ਸੈਂਟਰ ਦੇ ਮਾਲਕ ਵੱਲੋਂ ਜਿਹੜੀ ਕੀ ਹੈ ਉਸ SHO ਦੇ ਖਿਲਾਫ ਜਿਹੜੀ ਕਿ ਸ਼ਿਕਾਇਤ ਦਿੱਤੀ ਗਈ, ਜਿਸ ਦੇ ਤਹਿਤ ਜਿਹੜਾ ਕਿ SHO ਨੂੰ ਤੇ 2 ਹੋਰ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਤੇ FIR ਨੰਬਰ 337 ਜਿਹੜੀ ਕਿ ਦਰਜ ਹੋ ਚੁੱਕੀ ਹੈ ਤੇ ਉਹਨਾਂ ਤੇ ਵੱਖ ਵੱਖ ਧਾਰਾ ਦੇ ਤਹਿਤ ਜਿਹੜਾ ਕਿ ਮਾਮਲਾ ਦਰਜ ਹੈ। ਦੇਖ ਸਕਦੇ ਕਿ ਹੁਣ ਜਿਹੜੀ ਪੁਲਿਸ ਹੈਗੀ ਹੈ 0 corruption ਪਾਲਿਸੀ ਨੂੰ ਅਪਣਾ ਰਹੀ ਹੈ ਤੇ ਕਿਸੇ ਨੂੰ ਵੀ ਛੱਡਦੀ ਨਹੀਂ ਪਈ। ਫਿਲਹਾਲ ਹੁਣ ਜਿਹੜੀ ਕਿ ਅੱਜ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਜਿਹੜੀ ਕਿ ਕਾਰਵਾਈ ਜਿਹੜੀ ਸਖਤ ਤੋਂ ਸਖਤ ਉਹ ਜਿਹੜੀ ਕਿ ਕੀਤੀ ਜਾਊਗੀ। ਕਿਉਂਕਿ ਇਸ ਬਾਰੇ ਜਿਹੜੇ ਕੀ ਹੈ ਜੁਆਇੰਟ ਕਮਿਸ਼ਨਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਜਿੱਦਾਂ ਹੀ ਸਾਡੇ ਕੋਲ ਸ਼ਿਕਾਇਤ ਆਈ ਹੈ ਅਸੀਂ ਜਿਹੜੀ ਕਿ ਮਾਮਲੇ ਜਾਂਚ ਕੀਤੀ ਤੇ ਉਸ ਤੋਂ ਬਾਅਦ SHO ਨੂੰ ਗ੍ਰਿਫਤਾਰ ਕਰ ਲਿੱਤਾ ਸੀਗਾ ਤੇ ਜਿਹੜੇ 2 ਹੋਰ ਮੁਲਾਜ਼ਮ ਹੈ ਉਹਨਾਂ ਦਾ ਕੀ ਰੋਲ ਹੈਗਾ ਵੈ ਉਹਨੂੰ ਹਜੇ ਵੈਰੀਫਾਈ ਕੀਤਾ ਗਿਆ। ਫਿਲਹਾਲ ਪਰਚੇ ਵਿੱਚ ਤਿੰਨੋਂ ਨਾਮ ਜਿਹੜੇ ਕਿ ਹਜੇ ਜਿਹੜੇ ਕਿ ਹੈ ਨਾਮਜ਼ਦ ਕਰ ਦਿੱਤੇ ਗਏ ਹੈ ਤੇ ਅਸੀਂ ਅੰਦਰ ਜਾ ਕੇ ਸਪਾ ਸੈਂਟਰ ਦੇ ਮਾਲਕ ਨਾਲ ਵੀ ਗੱਲਬਾਤ ਕਰਨੀ ਚਾਹੀ, ਲੇਕਿਨ ਸਪਾ ਸੈਂਟਰ ਇਸ ਵਕਤ ਬੰਦ ਹੈ, ਉਹਨੂੰ ਤਾਲਾ ਜੜਿਆ ਗਿਆ ਵੈ। ਹੋਰ ਅਪਡੇਟ ਵੀ ਸਾਡੇ ਨਾਲ ਬਣੇ ਰਹੋ ਅਤੇ ਵੇਖਦੇ ਰਹੋ ਨਿਊਜ਼ 18। ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਅੱਜ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਆਪਣੇ ਹੀ ਇੱਕ SHO ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਅੱਜ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਕੋਰਟ ਵਿੱਚ ਪੇਸ਼ ਕਰਕੇ ਉਹਦੀ ਰਿਮਾਂਡ ਜਿਹੜੀ ਕਿ ਹਾਸਲ ਕੀਤੀ ਜਾਊਗੀ। ਤੁਹਾਨੂੰ ਦੱਸ ਦਈਏ ਕਿ SHO ਥਾਣਾ ਰਾਮਾ ਮੰਡੀ ਵਿੱਚ ਤੈਨਾਤ ਸੀਗਾ ਤੇ ਕੁਝ ਦਿਨ ਪਹਿਲਾਂ ਉਹਨਾਂ ਵੱਲੋਂ ਇੱਕ ਸਪਾ ਸੈਂਟਰ ਤੇ ਰੇਡ ਕੀਤੀ ਗਈ ਸੀ। ਅਸੀਂ ਉਸੀ ਸਪਾ ਸੈਂਟਰ ਦੇ ਬਾਹਰ ਮੌਜੂਦ ਹੈ। ਤੁਹਾਨੂੰ ਦੱਸ ਦਈਏ ਕਿ ਜਦੋਂ ਰੇਡ ਕੀਤੀ ਗਈ ਤਾਂ ਕਰੀਬ 8 to 10 ਬੰਦਿਆਂ ਨੂੰ ਰਾਊਂਡ ਅਪ ਕਰਕੇ ਉਹ ਆਪਣੇ ਥਾਣੇ ਲੈ ਕੇ ਗਿਆ ਸੀ ਤੇ ਜਦੋਂ ਇੱਥੇ ਦਾ ਜਿਹੜਾ ਮਾਲਕ ਸੀਗਾ ਉਹ ਆਪਣੇ ਬੰਦਿਆਂ ਨੂੰ ਛੁਡਵਾਉਣ ਗਿਆ ਤੇ ਉਹ ਸਪਾ ਸੈਂਟਰ ਦੇ ਮਾਲਕ ਕੋਲੋਂ ਜਿਹੜੀ ਕਿ ਕਰੀਬ 3 ਲੱਖ ਰੁਪਏ ਜਿਹੜੀ ਕਿ ਰਿਸ਼ਵਤ ਮੰਗੀ ਗਈ ਸੀ, ਲੇਕਿਨ ਸਪਾ ਸੈਂਟਰ ਦੇ ਮਾਲਕ ਵੱਲੋਂ 2.5 ਲੱਖ ਰੁਪਏ ਰਿਸ਼ਵਤ ਦੇ ਕੇ ਆਪਣੇ ਬੰਦਿਆਂ ਨੂੰ ਛੁਡਵਾ ਕੇ ਵਾਪਸ ਲਿਆ ਸੀਗਾ। ਲੇਕਿਨ ਉਸ ਤੋਂ ਬਾਅਦ ਸਪਾ ਸੈਂਟਰ ਦੇ ਮਾਲਕ ਵੱਲੋਂ ਜਿਹੜੀ ਕੀ ਹੈ ਉਸ SHO ਦੇ ਖਿਲਾਫ ਜਿਹੜੀ ਕਿ ਸ਼ਿਕਾਇਤ ਦਿੱਤੀ ਗਈ, ਜਿਸ ਦੇ ਤਹਿਤ ਜਿਹੜਾ ਕਿ SHO ਨੂੰ ਤੇ 2 ਹੋਰ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਤੇ FIR ਨੰਬਰ 337 ਜਿਹੜੀ ਕਿ ਦਰਜ ਹੋ ਚੁੱਕੀ ਹੈ ਤੇ ਉਹਨਾਂ ਤੇ ਵੱਖ ਵੱਖ ਧਾਰਾ ਦੇ ਤਹਿਤ ਜਿਹੜਾ ਕਿ ਮਾਮਲਾ ਦਰਜ ਹੈ। ਦੇਖ ਸਕਦੇ ਕਿ ਹੁਣ ਜਿਹੜੀ ਪੁਲਿਸ ਹੈਗੀ ਹੈ 0 corruption ਪਾਲਿਸੀ ਨੂੰ ਅਪਣਾ ਰਹੀ ਹੈ ਤੇ ਕਿਸੇ ਨੂੰ ਵੀ ਛੱਡਦੀ ਨਹੀਂ ਪਈ। ਫਿਲਹਾਲ ਹੁਣ ਜਿਹੜੀ ਕਿ ਅੱਜ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਜਿਹੜੀ ਕਿ ਕਾਰਵਾਈ ਜਿਹੜੀ ਸਖਤ ਤੋਂ ਸਖਤ ਉਹ ਜਿਹੜੀ ਕਿ ਕੀਤੀ ਜਾਊਗੀ। ਕਿਉਂਕਿ ਇਸ ਬਾਰੇ ਜਿਹੜੇ ਕੀ ਹੈ ਜੁਆਇੰਟ ਕਮਿਸ਼ਨਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਜਿੱਦਾਂ ਹੀ ਸਾਡੇ ਕੋਲ ਸ਼ਿਕਾਇਤ ਆਈ ਹੈ ਅਸੀਂ ਜਿਹੜੀ ਕਿ ਮਾਮਲੇ ਜਾਂਚ ਕੀਤੀ ਤੇ ਉਸ ਤੋਂ ਬਾਅਦ SHO ਨੂੰ ਗ੍ਰਿਫਤਾਰ ਕਰ ਲਿੱਤਾ ਸੀਗਾ ਤੇ ਜਿਹੜੇ 2 ਹੋਰ ਮੁਲਾਜ਼ਮ ਹੈ ਉਹਨਾਂ ਦਾ ਕੀ ਰੋਲ ਹੈਗਾ ਵੈ ਉਹਨੂੰ ਹਜੇ ਵੈਰੀਫਾਈ ਕੀਤਾ ਗਿਆ। ਫਿਲਹਾਲ ਪਰਚੇ ਵਿੱਚ ਤਿੰਨੋਂ ਨਾਮ ਜਿਹੜੇ ਕਿ ਹਜੇ ਜਿਹੜੇ ਕਿ ਹੈ ਨਾਮਜ਼ਦ ਕਰ ਦਿੱਤੇ ਗਏ ਹੈ ਤੇ ਅਸੀਂ ਅੰਦਰ ਜਾ ਕੇ ਸਪਾ ਸੈਂਟਰ ਦੇ ਮਾਲਕ ਨਾਲ ਵੀ ਗੱਲਬਾਤ ਕਰਨੀ ਚਾਹੀ, ਲੇਕਿਨ ਸਪਾ ਸੈਂਟਰ ਇਸ ਵਕਤ ਬੰਦ ਹੈ, ਉਹਨੂੰ ਤਾਲਾ ਜੜਿਆ ਗਿਆ ਵੈ। ਹੋਰ ਅਪਡੇਟ ਵੀ ਸਾਡੇ ਨਾਲ ਬਣੇ ਰਹੋ ਅਤੇ ਵੇਖਦੇ ਰਹੋ ਨਿਊਜ਼ 18।